ਸਭ ਤੋਂ ਵੱਡੀ ਗੱਲ ਇਹ ਹੈ ਕਿ ਪੰਜਾਬ 'ਤੇ ਜਿਹੜੇ ਗ੍ਰਾਂਟਾਂ ਨਹੀਂ ਆ ਰਹੀਆਂ ਜਿਹੜੀਆਂ ਟੁੱਟੀਆਂ ਨੇ, ਉਹਦੇ 'ਚ ਅਸੀਂ ਪਾਰਟੀ ਤੋਂ ਉੱਪਰ ਉੱਠ ਕੇ ਉੱਥੇ ਗੱਲ ਕਰਨੀ ਹੈ ਕਿ ਜੋ ਪੰਜਾਬ ਦਾ ਰਾਈਟ ਬਣਦਾ, ਜੋ ਪੰਜਾਬ ਦੇ ਹੱਕ ਬਣਦੇ ਨੇ ਉਹਨਾਂ ਨੂੰ ਦਿੱਤਾ ਜਾਵੇ। ਅਤੇ ਜੇ ਡਿਸਟਰਬ ਏਰੀਆ ਡਿਕਲੇਅਰ ਕੀਤਾ, ਵੇਖੋ ਪੰਜਾਬ ਦੇ ਵਿੱਚ ਯੂਥ ਨੂੰ ਜੇ ਕੰਮ ਮਿਲੇਗਾ, ਉਹਨਾਂ ਨੂੰ ਨੌਕਰੀਆਂ ਮਿਲਣਗੀਆਂ, ਉਹਨਾਂ ਨੂੰ ਇੰਡਸਟਰੀ 'ਚ ਜੇ ਆਪਾਂ ਪੈਕੇਜ ਦਿੰਦੇ ਹਾਂ ਜੋ ਗਵਰਨਮੈਂਟ ਉੱਥੇ ਆ ਹਿਲ ਸਟੇਟਸ ਵਿੱਚ, ਅਤੇ ਉਹਦੇ ਨਾਲ ਜਵਾਨੀ ਵੀ ਬਚੇਗੀ, ਨਸ਼ਾ ਵੀ ਖਤਮ ਹੋਏਗਾ, ਗੈਂਗਿਜ਼ਮ ਵੀ ਖਤਮ ਹੋਏਗਾ, ਲੋਕ ਆਪਣੇ ਕੰਮਾਂ ਕਾਰਾਂ 'ਤੇ ਲੱਗਣ। ਪਰਸੋਂ 22 ਤਰੀਕ ਨੂੰ ਸੈਸ਼ਨ ਸਟਾਰਟ ਹੋ ਰਿਹਾ, ਉਹਦੇ 'ਚ ਬਜਟ ਵੀ ਪੇਸ਼ ਹੋਣਾ ਔਰ ਜਿਹੜੀਆਂ ਹਿੰਦੁਸਤਾਨ ਦੀਆਂ ਜਿਹੜੀਆਂ ਵੱਖ ਵੱਖ ਮੰਗਾਂ ਨੇ ਉਹਨਾਂ 'ਤੇ ਗੱਲ ਖੁੱਲ੍ਹ ਕੇ ਹੋਏਗੀ। ਸਭ ਤੋਂ ਵੱਡੀ ਗਲਤੀ ਇਹ ਅੱਜ ਤੱਕ ਪ੍ਰਧਾਨ ਮੰਤਰੀ ਅਤੇ ਜਾਂ ਇਹ ਜਿਹੜਾ HRD ਮਿਨਿਸਟਰ ਆ ਉਹਨੇ ਜਿਹੜਾ ਪੇਪਰ ਲੀਕ 'ਤੇ ਨੀਟ ਦਾ ਜਿਹੜਾ ਪੇਪਰ ਲੀਕ ਹੋਇਆ ਉਹਦੇ 'ਤੇ ਇਹਨਾਂ ਨੇ ਗਵਰਨਮੈਂਟ ਨੇ ਕੋਈ ਸਟੇਟਮੈਂਟ ਨਹੀਂ ਦਿੱਤੀ, ਕੋਈ ਦੱਸਿਆ ਨਹੀਂ ਔਰ ਸੁਪਰੀਮ ਕੋਰਟ ਨੇ ਕਿਹਾ ਕਿ ਇਹਦੇ ਮੈਨੂੰ ਬਾਹਰ ਲੈ ਕੇ ਆਓ, ਉਹਦੇ 'ਤੇ ਵੀ ਗੱਲ ਹੋਣੀ ਹੈ। ਅਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਪੰਜਾਬ ਦੇ ਜਿਹੜੇ ਗ੍ਰਾਂਟਾਂ ਨਹੀਂ ਆ ਰਹੀਆਂ ਜਿਹੜੀਆਂ ਰੁਕੀਆਂ ਨੇ, ਉਹਦੇ 'ਚ ਅਸੀਂ ਪਾਰਟੀ ਤੋਂ ਉੱਪਰ ਉੱਠ ਕੇ ਉੱਥੇ ਗੱਲ ਕਰਨੀ ਹੈ ਕਿ ਜੋ ਪੰਜਾਬ ਦਾ ਰਾਈਟ ਬਣਦਾ, ਜੋ ਪੰਜਾਬ ਦੇ ਹੱਕ ਬਣਦੇ ਨੇ ਉਹਨਾਂ ਨੂੰ ਦਿੱਤਾ ਜਾਵੇ। ਸਭ ਤੋਂ ਵੱਡੀ ਗੱਲ, ਬਾਜਵਾ ਸਾਹਿਬ ਵੀ ਬੈਠੇ ਨੇ ਕਿ 50 ਕਿਲੋਮੀਟਰ ਤੱਕ BSF ਜਿਹੜੀ ਆ ਉਹਦੇ ਕੋਲ ਕੰਟਰੋਲ ਹੈ। ਇਹਦਾ ਮਤਲਬ ਕਿ ਡਿਸਟਰਬਡ ਏਰੀਆ ਉਹਨਾਂ ਨੇ ਡਿਕਲੇਅਰ ਕਰ ਦਿੱਤਾ। ਅਤੇ ਜੇ ਡਿਸਟਰਬ ਏਰੀਆ ਡਿਕਲੇਅਰ ਕੀਤਾ, ਵੇਖੋ ਪੰਜਾਬ ਦੇ ਵਿੱਚ ਯੂਥ ਨੂੰ ਜੇ ਕੰਮ ਮਿਲੇਗਾ, ਉਹਨਾਂ ਨੂੰ ਨੌਕਰੀਆਂ ਮਿਲਣਗੀਆਂ, ਉਹਨਾਂ ਨੂੰ ਇੰਡਸਟਰੀ 'ਚ ਜੇ ਆਪਾਂ ਪੈਕੇਜ ਦਿੰਦੇ ਹਾਂ ਜੋ ਗਵਰਨਮੈਂਟ ਉੱਥੇ ਆ ਹਿਲ ਸਟੇਟਸ ਵਿੱਚ, ਅਤੇ ਉਹਦੇ ਨਾਲ ਜਵਾਨੀ ਵੀ ਬਚੇਗੀ, ਨਸ਼ਾ ਵੀ ਖਤਮ ਹੋਏਗਾ, ਗੈਂਗਿਜ਼ਮ ਵੀ ਖਤਮ ਹੋਏਗਾ, ਲੋਕ ਆਪਣੇ ਕੰਮਾਂ ਕਾਰਾਂ 'ਤੇ ਲੱਗਣਗੇ ਅਤੇ ਪੰਜਾਬ ਜਿਹੜਾ ਵਾ ਉਹ ਤਰੱਕੀ ਦੇ ਰਾਹ 'ਤੇ ਤੁਰੂਗਾ। ਜਿਹੜੀ ਇੱਕ ਗੱਲ ਕਰਨੀ ਕਿ ਪਾਕਿਸਤਾਨ ਦੇ ਬਾਰਡਰ 'ਤੇ ਬੈਠੇ ਹਾਂ, ਜੇ ਕਾਂਡਲਾ ਪੋਰਟ ਜਾਂ ਹੋਰਨਾਂ ਪੋਰਟਾਂ ਦੇ ਰਾਹੀਂ ਆਪਾਂ ਪਾਕਿਸਤਾਨ ਨੂੰ ਵਪਾਰ ਕਰਦੇ ਹਾਂ, ਇੱਕ ਇਹ ਬੜੀ ਵੱਡੀ ਗੱਲ ਹੈ, ਸਾਰੀਆਂ ਪਾਰਟੀਆਂ ਨੂੰ ਇਕੱਠੇ ਹੋ ਕੇ ਇੱਕ ਆਵਾਜ਼ ਚੁੱਕਣੀ ਪੈਣੀ ਹੈ ਕਿ ਜਿਹੜਾ ਵਪਾਰ ਆ ਉਹ ਵਾਹਗਾ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਖੁੱਲ੍ਹ ਗਿਆ, ਇਹ ਵੀ ਇੱਥੇ ਵੀ ਚੱਲ ਸਕਦਾ, ਸਿੱਧੀ ਲਾਹੌਰ ਤੋਂ ਇੱਧਰੋਂ ਵੀ ਨਿਕਲ ਜਾਂਦੇ, ਅਤੇ ਹੁਸੈਨੀ ਵਾਲਾ, ਇਹ 3 ਥਾਵਾਂ ਤੋਂ ਵਪਾਰ ਜਿਹੜਾ ਚਲਾਉਣਾ ਚਾਹੀਦਾ। ਪੰਜਾਬ ਦੀ ਇਕਨਮੀ ਜੇ ਸਟਰੋਂਗ ਹੋਏਗੀ ਖੁਦ ਕਰਾਂਗੇ, ਨਾਲ ਦੀ ਨਾਲ ਹੀ ਆਪਾਂ ਸਾਰੇ ਬੈਠੇ ਹਾਂ, ਬੜੇ ਵੱਡੇ ਵੱਡੇ ਲੈਕਚਰ ਆ ਰਹੇ ਨੇ ਕਿ ਪੰਜਾਬ 'ਚ ਬਿਜਲੀ ਦਾ ਕੋਈ ਕੱਟ ਨਹੀਂ ਲੱਗਦਾ, ਬਾਰਡਰ ਦੇ ਉੱਤੇ ਹਮੇਸ਼ਾ ਹੀ ਡੇ ਟਾਈਮ 'ਤੇ ਜਿਹੜੇ ਬਾਰਡਰ ਦੇ 6 ਕਿਲੋਮੀਟਰ ਦੇ ਵਿੱਚ ਦਿਨ ਵੇਲੇ ਬਿਜਲੀ ਮਿਲਦੀ, ਉਹਨਾਂ ਨੂੰ ਹੁਣ 4 ਵਜੇ ਰਾਤ ਨੂੰ ਸਟਾਰਟ ਕਰਦੇ ਨੇ ਅਤੇ ਸਵੇਰੇ 9 ਵਜੇ ਤੱਕ। ਪਹਿਲੀ ਗੱਲ ਕਿ 6 ਵਜੇ 'ਤੇ ਉਹਨਾਂ ਨੂੰ ਪਰਮਿਟ ਮਿਲਦਾ ਅੰਦਰ ਜਾਣ ਦਾ, ਅਤੇ ਇਹਦੇ 'ਚ ਕਿਸਾਨਾਂ ਦੀ ਬੜੀ ਵੱਡੀ ਆ, ਤੁਸੀਂ ਆਪਾਂ ਵੀ ਵੇਖੋ ਸ਼ਹਿਰਾਂ ਦੇ ਵਿੱਚ ਕਿੰਨੇ ਕੱਟ ਲੱਗ ਰਹੇ ਨੇ, ਪਹਿਲਾਂ 24 ਘੰਟੇ ਜਿਹੜੀ ਬਿਜਲੀ ਹੁੰਦੀ ਉਹਦੇ 'ਤੇ ਕੱਟ ਨਹੀਂ ਲੱਗਦੇ, ਹੁਣ ਉਹਦੇ 'ਤੇ ਵੀ ਲੱਗਣ ਲੱਗ ਪਏ ਨੇ। ਇਹ ਤਾਂ ਪੰਜਾਬ ਦੀਆਂ ਗੱਲਾਂ, ਪਰ ਜਿਹੜੀ ਗਵਰਨਮੈਂਟ ਆਫ ਇੰਡੀਆ ਨਾਲ ਗੱਲ ਕਰਨ ਵਾਲੀ ਆ, ਜਿਵੇਂ ਸਾਡਾ ਬਟਾਲਾ ਹੀ ਆ, ਇਹ ਸਮਾਰਟ ਸਿਟੀ 'ਚ ਕਿਉਂ ਨਹੀਂ ਆਇਆ, ਪਠਾਨਕੋਟ ਕਿਉਂ ਨਹੀਂ ਆਇਆ, ਇਹ ਚੀਜ਼ਾਂ ਮੈਂ ਸਵਾਲ ਵੀ ਪਾਏ ਨੇ ਉਹਨਾਂ ਨੂੰ ਕਰਾਂਗੇ। ਅਤੇ ਜਿਹੜੀਆਂ ਕਾਫੀ ਚੀਜ਼ਾਂ ਜਿਹੜੀਆਂ ਨੇ ਇਹ ਗਵਰਨਮੈਂਟ ਆਫ ਇੰਡੀਆ ਦੇ ਨਾਲ, ਕਿਉਂਕਿ ਵੇਖੋ ਪੰਜਾਬ ਗਵਰਨਮੈਂਟ ਨੇ ਤਾਂ ਹੱਥ ਇੱਕ ਕਿਸਮ ਦੇ ਖੜੇ ਕੀਤੇ ਨੇ, ਔਰ ਇਹਨਾਂ 2.5 ਸਾਲਾਂ ਦੇ ਵਿੱਚ ਕਿਸੇ ਪਿੰਡ ਦੇ ਵਿੱਚ ਇਹਨਾਂ ਦਾ ਡਿਵੈਲਪਮੈਂਟ ਦਾ ਕੋਈ ਕੰਮ ਨਹੀਂ ਚੱਲਣ ਦਿਆ। ਇਹ ਜਿਹੜੇ ਕੋਈ ਪੈਸੇ ਰੁਕੇ ਨੇ ਉਹਨਾਂ 'ਚ ਅਸੀਂ ਵੀ ਜਾ ਕੇ ਕਰਨਾ, ਪਰ ਚੀਫ ਮਿਨਿਸਟਰ ਐਡਾ ਇੰਟੈਲੀਜੈਂਟ ਬਣ ਗਿਆ,
ਉਹਨੂੰ ਉਹਨੂੰ ਇੱਕ ਇੱਕ ਜਿਹੜੀ ਆ ਮਿੰਟ ਮਿੰਟ ਦੀ ਖਬਰ ਆ, ਪਰ ਉਹਨੂੰ ਇਹ ਖਬਰਾਂ ਨਹੀਂ ਗੀਆਂ ਕਿ ਪੰਜਾਬ ਦੇ ਵਿੱਚ ਨਸ਼ਾ ਕਿਵੇਂ ਵਿਖ ਰਿਹਾ, ਪੰਜਾਬ ਦੀ ਨੌਜਵਾਨੀ ਬਰਬਾਦ ਹੋ ਰਹੀ ਆ, ਪਿਛਲੇ 14 ਮਹੀਨੇ 'ਚ ਕਿੰਨੇ ਮੁੰਡੇ ਨਸ਼ੇ ਦੀ ਓਵਰਡੋਜ਼ ਨਾਲ ਮਰ ਗਏ ਨੇ। ਔਰ ਨਸ਼ਾ ਜਿਹੜਾ ਪਿੰਡਾਂ ਦੇ ਵਿੱਚ, ਕਿਸੇ ਨਾਲ ਗੱਲ ਕਰੋ ਤੁਸੀਂ, ਤੁਸੀਂ ਆਪ ਵੇਖ ਲਓ ਕਿ ਜੋ ਕੋਈ ਪੰਜਾਬ ਦੇ ਵਿੱਚ ਨਸ਼ੇ ਦੀ ਬੁਰੀ ਹਾਲਾਤ ਨੇ ਉਹਦੇ 'ਤੇ ਕੋਈ ਕੰਟਰੋਲ ਨਹੀਂ। ਪੁਲਿਸ ਸਟੇਸ਼ਨਾਂ ਦੇ ਵਿੱਚ ਦੋ ਜਿਹੜੇ ਕੌਂਸਟੇਬਲ ਜਾਂ ਪੁਲਿਸ ਚੌਕੀ 'ਚ ਦੋ ਤੋਂ ਵੱਧ ਉਹਨਾਂ ਦੀ ਕਿਤੇ ਨਹੀਂ, ਪਰ ਪੁਲਿਸ ਵੀ ਕਰੇ ਜੇ ਫੋਰਸ ਹੀ ਹੈ ਨਹੀਂ ਤਾਂ ਉਹ ਜਾ ਕੇ ਕੀ ਕਰਾਂਗੇ ਆਪਾਂ। ਇਹ ਸਾਰੀਆਂ ਚੀਜ਼ਾਂ ਉੱਥੇ ਚੁੱਕਾਂਗੇ, ਔਰ ਖਾਸ ਕਰਕੇ ਆਪਣੇ ਬਾਰਡਰ ਏਰੀਏ ਦੀ, ਪੂਰਾ ਪੂਰਾ ਪੰਜਾਬ ਦਾ ਜਿਹੜਾ ਬਾਰਡਰ ਆ, ਅਸੀਂ 3 MLA ਜਿਹੜੇ ਬਾਰਡਰ 'ਤੇ ਉਹਨੇ, ਇੱਕ ਫਿਰੋਜ਼ਪੁਰ ਵਾਲੇ ਨੇ, ਗਵਾਇਆ ਸਾਹਿਬ, ਔਜਲਾ ਸਾਹਿਬ ਅਤੇ ਮੈਂ, ਅਸੀਂ ਤਿੰਨਾਂ ਨੇ ਜਾ ਕੇ ਪ੍ਰਧਾਨ ਮੰਤਰੀ ਨੂੰ ਵੀ ਮਿਲਣਾ ਕਿ ਸਾਨੂੰ ਸਪੈਸ਼ਲ ਪੈਕੇਜ ਦਿੱਤਾ ਜਾਵੇ ਤਾਂ ਕਿ ਜਿਹੜੀ ਪਾਕਿਸਤਾਨ ਦੀ ਹਰਕਤਾਂ ਨੇ ਉਹਨਾਂ ਨੂੰ ਰੋਕਣ ਲਈ, ਪੰਜਾਬ ਦੇ ਵਿੱਚ ਨੌਜਵਾਨੀ ਨੂੰ ਬਚਾਉਣ ਲਈ ਇੰਡਸਟਰੀਲਾਈਜ਼ ਕੀਤਾ ਜਾਵੇ। ਮਕੌੜਾ ਪਤਨ ਦਾ ਪੁੱਲ ਦਾ ਕੱਲ੍ਹ ਹੀ ਮੇਰੀ ਗੱਲ ਹੋਈ ਸੀ, ਉੱਥੇ ਥੋੜ੍ਹੀ ਜਿਹੀ ਉਹਦੀ ਚੱਲ ਰਹੀ ਹੈ ਕਿ ਜ਼ਮੀਨ ਦੀ ਐਕੁਜੀਸ਼ਨ ਦੀ, ਉਹ ਪੰਜਾਬ ਸਰਕਾਰ ਨੇ ਕਰਨੀ ਹੈ। 8 ਕਰੋੜ ਉਹਨਾਂ ਨੂੰ ਮੇਰੇ ਖਿਆਲ ਉਹਨਾਂ ਨੇ ਕੀਤੀ ਆ, ਉਹ ਕੋਈ 16 ਕਰੋੜ 18 ਕਿੱਲਿਆਂ ਦਾ ਬਣਦਾ, ਅਤੇ ਉਹਦੇ ਜਿੱਦਾਂ ਪੰਜਾਬ ਗੌਰਮੈਂਟ ਨੇ ਕੀਤੀ, ਗਵਰਨਮੈਂਟ ਆਫ ਇੰਡੀਆ ਦੇ ਉੱਤੇ ਪ੍ਰੈਸ਼ਰ ਪਾ ਕੇ ਉਹ ਪੁੱਲ ਜਿਹੜਾ ਬਣਾ ਲਾਂਗੇ। ਇਹ ਤਾਂ ਵੇਖੋ, ਪਾਰਲੀਮੈਂਟ ਦਾ ਮੈਂਬਰ ਕੋਈ ਵੀ ਆਪਣੀ ਮੰਗ ਰੱਖ ਸਕਦਾ, ਔਰ ਵੇਖਣਾ ਚਾਹੀਦਾ ਗਵਰਨਮੈਂਟ ਨੂੰ ਕਿ ਕੀ ਦੇਖਣਾ, ਉਹ ਗਵਰਨਮੈਂਟ ਸਪੀਕਰ ਸਾਹਿਬ ਦੇਖਣਗੇ।